ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮਾਘੀ ਦੇ ਮੇਲੇ 'ਤੇ ਸਿਆਸੀ ਕਾਨਫਰੰਸਾਂ ਨਾ ਹੋਣ ਉਸ ਵਾਸਤੇ ਸਤਿਕਾਰ ਕਮੇਟੀ ਨੇ ਬਹੁਤ ਮੁਹਿੰਮ ਵੱਡੀ ਸੀ, ਪਰ ਫਿਰ ਵੀ ਸ਼ਾਮਿਆਨੇ ਲੱਗੇ ਅਤੇ ਸਿਆਸੀ ਕਾਨਫਰੰਸਾਂ ਹੋਈਆਂ। ਆਖਿਰ ਸ਼੍ਰੋਮਣੀ ਅਕਾਲੀ ਦਲ ਦੇ ਮੰਚ ਤੋਂ ਸੁਖਬੀਰ ਸਿੰਘ ਬਾਦਲ ਨੇ ਮਾਘੀ ਮੇਲੇ 'ਤੇ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਸਭ ਤੋਂ ਪਹਿਲੇ ਮੈਂ ਸਿਰ ਚੁਕਾ ਕੇ 40 ਮੁਕਤਿਆਂ ਦੀ ਇਸ ਪਵਿੱਤਰ ਧਰਤੀ ਨੂੰ ਨਮਸਕਾਰ ਕਰਦਾ। ਮਾਘੀ ਦੇ ਸ਼ੁਭ ਦਿਹਾੜੇ ਦੀ ਮੈਂ ਸਾਰਿਆਂ ਨੂੰ ਵਧਾਈ ਵੀ ਦਿੰਦਾ। ਸਿੱਖ ਕੌਮ ਭਾਵੇਂ ਦੁਨੀਆ ਦੇ ਸਾਰੇ ਧਰਮਾਂ ਦੇ ਮੁਕਾਬਲੇ ਸਭ ਤੋਂ ਛੋਟਾ ਧਰਮ ਹੈ, ਛੋਟੀ ਕੌਮ ਹੈ, ਪਰ ਕੁਰਬਾਨੀਆਂ ਦੇ ਹਿਸਾਬ ਨਾਲ ਮੈਂ ਕਹਿ ਸਕਦਾ ਸਭ ਤੋਂ ਵੱਡੀ ਕੌਮ ਹੈ। ਜਿੰਨੀਆਂ ਕੁਰਬਾਨੀਆਂ ਆਪਣੀ ਕੌਮ ਨੇ ਦਿੱਤੀਆਂ, ਸਭ ਤੋਂ ਵੱਡੀ ਕੁਰਬਾਨੀ ਆਪਣੇ ਗੁਰੂ ਸਾਹਿਬਾਨ ਨੇ ਦਿੱਤੀ। ਆਪਾਂ ਉਹਨਾਂ ਗੁਰੂਆਂ ਦੇ ਬੱਚੇ ਹਾਂ ਜਿਨ੍ਹਾਂ ਨੇ ਆਪਣਾ ਵੰਸ਼ ਵਾਰ ਦਿੱਤਾ ਸਿੱਖੀ ਖਾਤਰ। ਆਪਾਂ ਉਹਨਾਂ ਨੌਵੇਂ ਪਾਤਸ਼ਾਹ ਦੇ ਬੱਚੇ ਹਾਂ ਜਿਨ੍ਹਾਂ ਨੇ ਆਪਣੇ ਆਪ ਨੂੰ ਵਾਰ ਦਿੱਤਾ ਦੂਜੇ ਧਰਮ ਨੂੰ ਰੱਖਿਆ ਵਾਸਤੇ। ਆਪਣੇ ਗੁਰੂ ਸਾਹਿਬਾਨ ਨੇ ਆਪਾਂ ਨੂੰ ਸਿਖਾਇਆ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ। ਤਾਂ ਹੀ ਉਹ ਤੁਸੀਂ ਦੇਖਿਆ ਹੋਣਾ ਕਿ ਸਿੱਖ ਕੌਮ ਸਾਰੇ ਧਰਮਾਂ ਦੀ ਸਰਕਾਰ ਕਰਦੀ ਹੈ। ਆਪਣੇ ਗੁਰੂ ਸਾਹਿਬਾਨ ਨੇ ਆਪਾਂ ਨੂੰ ਸਿਖਾਇਆ ਕਿ ਜ਼ੁਲਮ ਕਰਨਾ ਪਾਪ ਹੈ। ਉਹਨਾਂ ਨੂੰ ਆਪਣੇ ਸਿਖਾਇਆ ਜ਼ੁਲਮ ਸਹਿਣਾ ਵੀ ਪਾਪ ਹੈ। ਤੁਸੀਂ ਜੇ ਆਪਣੇ ਸਿੱਖ ਇਤਿਹਾਸ ਵੀ ਦੇਖੋ, ਜੇ ਤੁਸੀਂ ਆਪਣੇ ਦੇਸ਼ ਦਾ ਇਤਿਹਾਸ ਵੀ ਦੇਖੋ, ਆਜ਼ਾਦੀ ਤੋਂ ਪਹਿਲੇ ਤੇ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਧ ਕੁਰਬਾਨੀਆਂ ਜੇ ਕੀਤੀਆਂ ਆਪਣੇ ਸਿੱਖ ਭੈਣਾਂ ਭਰਾਵਾਂ ਨੇ ਕੀਤੀਆਂ। ਜਦੋਂ ਅੰਗਰੇਜ਼ਾਂ ਦਾ ਇੱਥੇ ਰਾਜ ਸੀ, ਉਦੋਂ ਪਹਿਲੇ ਜਦੋਂ ਮੁਗਲ ਆਏ ਸੀ, ਮੁਗਲਾਂ ਦੇ ਖਿਲਾਫ ਵੀ ਲੜਾਈ ਲੜੀ ਆਪਣੇ ਬਜ਼ੁਰਗਾਂ ਨੇ, ਆਪਣੇ ਬਜ਼ੁਰਗਾਂ ਨੇ ਲੜੀ। ਉਹਦੇ ਬਾਅਦ ਜਦੋਂ ਅੰਗਰੇਜ਼ ਆਏ, ਹੁਣ ਅੰਗਰੇਜ਼ਾਂ ਦੇ ਖਿਲਾਫ ਜੇ ਲੜਾਈ ਲੜੀ ਤੇ ਆਪਣੇ ਬਹਾਦਰ ਭੈਣਾਂ ਭਰਾਵਾਂ ਨੇ ਲੜੀ। ਜੇ ਤੁਸੀਂ ਆਜ਼ਾਦੀ ਦੇ ਸਮਾਂ ਦੇਖੋ, ਜੇ ਤੁਸੀਂ ਦੇਖੋ ਕਿਹੜੇ ਦੇਸ਼ ਵਾਸੀਆਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਜੇ ਤੁਸੀਂ ਕਾਲਾ ਪਾਣੀ ਦੀ ਜੇਲ੍ਹ ਜਾ ਕੇ ਦੇਖੋ, 90% ਆਪਣੇ ਸਿੱਖ ਭਰਾਵਾਂ ਦੇ ਨਾਂ ਲਿਖੇ ਆ ਜਿਹੜੇ ਜੇਲ੍ਹਾਂ 'ਚ ਪਾਏ ਗਏ ਸੀ। ਜੇ ਤੁਸੀਂ ਅੰਗਰੇਜ਼ਾਂ ਦੇ ਸਮੇਂ 'ਚ ਤੁਸੀਂ ਦੇਖੋ ਕਿ ਕਿੰਨਾਂ ਨੂੰ ਫਾਂਸੀ ਦਿੱਤੀ ਗਈ ਦੇਸ਼ ਵਾਸੀਆਂ ਨੂੰ, 85% ਆਪਣੇ ਸਿੱਖ ਸੀ ਜਿਨ੍ਹਾਂ ਨੂੰ ਫਾਂਸੀਆਂ ਦਿੱਤੀਆਂ ਗਈਆਂ। ਜਦੋਂ ਦੇਸ਼ ਵੰਡਿਆ ਗਿਆ, ਸਭ ਤੋਂ ਵੱਡਾ ਨੁਕਸਾਨ ਆਪਣੇ ਪੰਜਾਬ ਦਾ ਹੀ ਹੋਇਆ।
ਹਜ਼ਾਰਾਂ ਭੈਣਾਂ ਭਰਾਵਾਂ ਦੇ ਘਰ ਉੱਜੜ ਗਏ, ਪਰਿਵਾਰ ਵਿਛੜ ਗਏ, ਹਜ਼ਾਰਾਂ ਲੋਕ ਸ਼ਹੀਦ ਹੋ ਗਏ। ਦੇਸ਼ ਦੀ ਆਜ਼ਾਦੀ ਦੇ ਬਾਅਦ ਵੀ ਜੇ ਕੋਈ ਵੀ ਲੜਾਈ ਲੜੀ, ਗਰੀਬ ਦੀ, ਕਿਸਾਨ ਦੀ, ਮਜ਼ਦੂਰ ਦੀ, ਐਮਰਜੈਂਸੀ ਦੀ ਲੜਾਈ, ਜਦੋਂ ਇੰਦਰਾ ਗਾਂਧੀ ਨੇ ਸਾਰੇ ਅਧਿਕਾਰ ਜਨਤਾ ਦੇ, ਦੇਸ਼ ਦੇ ਜਨਤਾ ਦੇ ਖਤਮ ਕਰਤੇ, ਜੇ ਆਜ਼ਾਦੀ ਦੀ ਜਿੱਤ ਹੋਈ, ਮੈਂ ਕਹਿ ਸਕਦਾ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਵਰਕਰਾਂ ਕਰਕੇ ਹੋਈ। ਪੂਰੇ ਦੇਸ਼ ਵਿੱਚ 60,000 ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਜੇਲ੍ਹਾਂ ਭਰੀਆਂ ਸੀ। ਮੈਨੂੰ ਲੱਗਦਾ ਪੂਰੇ ਦੇਸ਼ ਮਸਾਂ, ਬਾਕੀ ਪੰਜਾਬ ਤੋਂ ਬਾਅਦ ਮਤਲਬ 10-15,000 ਵੀ ਨਹੀਂ ਹੋਣੇ। ਆਹ ਤਾਂ ਤੁਹਾਡੀ ਤਾਕਤ। ਜੇ ਤੁਸੀਂ ਅਕਾਲੀ ਦਲ ਦਾ ਵੀ ਇਤਿਹਾਸ ਦੇਖੋ, 97 ਸਾਲ ਪੁਰਾਣੀ ਪਾਰਟੀ ਹੈ, ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਹੈ। ਅਕਾਲੀ ਦਲ ਦੀ ਸੋਚ ਪੰਜਾਬ ਪ੍ਰਤੀ, ਕੌਮ ਪ੍ਰਤੀ, ਪੰਜਾਬ ਦੇ ਗਰੀਬ ਕਿਸਾਨ ਮਜ਼ਦੂਰ ਪ੍ਰਤੀ ਹੈ, ਵਪਾਰੀ ਪ੍ਰਤੀ ਹੈ। ਤੁਸੀਂ ਆਪ ਹੀ ਦੇਖਿਆ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਆਈ ਹੈ, ਤੁਹਾਡੇ ਪਿੰਡਾਂ ਦਾ ਧਿਆਨ ਕੀਤਾ ਗਿਆ, ਗਰੀਬ ਦਾ ਧਿਆਨ ਕੀਤਾ ਗਿਆ, ਕਿਸਾਨ ਦਾ ਧਿਆਨ ਕੀਤਾ ਗਿਆ, ਮਜ਼ਦੂਰ ਦਾ ਧਿਆਨ ਕੀਤਾ ਗਿਆ, ਵਪਾਰੀ ਦਾ ਧਿਆਨ ਕੀਤਾ ਗਿਆ। ਜੋ ਜੋ ਵੀ ਇੱਥੇ ਸਹੂਲਤਾਂ ਮਿਲੀਆਂ, ਜੋ ਜੋ ਵੀ ਕੁਛ ਹੋਇਆ, ਉਦੋਂ ਹੀ ਹੋਇਆ ਜਦੋਂ ਮੁੱਖ ਮੰਤਰੀ ਬਾਦਲ ਸਾਹਿਬ ਮੈਨੂੰ ਲੱਗਦਾ ਤਕਰੀਬਨ ਉਹਨਾਂ ਦੇ ਕੋਈ 70 ਸਾਲ ਹੋਣੇ ਹੈ ਸਿਆਸਤ ਵਿੱਚ। 70 ਸਾਲਾਂ ਵਿੱਚ ਮੈਨੂੰ ਲੱਗਦਾ ਕੋਈ ਪੰਜਾਬ ਦਾ ਪਿੰਡ ਨਹੀਂ, ਸ਼ਹਿਰ ਨਹੀਂ, ਕੋਈ ਮੰਡੀ ਨਹੀਂ, ਘਰ ਨਹੀਂ, ਨਾਲੇ ਮੁਕਤਸਰ ਜ਼ਿਲ੍ਹੇ ਵਾਲੇ ਤਾਂ ਜਾਣਦੇ ਆ, ਮੈਨੂੰ ਲੱਗਦਾ ਕੋਈ ਘਰ ਨਹੀਂ ਹੋਣਾ ਜਿੱਥੇ ਤੁਹਾਡੇ ਬਜ਼ੁਰਗਾਂ ਨਾਲ ਆਪ ਨਾ ਬੈਠੇ ਹੋਣ, ਤੁਹਾਡੇ ਘਰਾਂ 'ਚ ਵਸੇ ਆ। ਮੈਨੂੰ ਯਾਦ ਹੈ ਛੋਟਾ ਜਿਹਾ ਹੁੰਦਾ ਸੀ ਜਦੋਂ ਬਾਦਲ ਸਾਹਿਬ ਗਿੱਦੜਵੇ ਲੜਦੇ ਹੁੰਦੇ ਸੀ ਇਲੈਕਸ਼ਨ, ਉਦੋਂ ਇਲੈਕਸ਼ਨ ਦੀ ਉਹਨਾਂ ਦੀ ਕੈਂਪੇਨ 'ਚ ਮੈਂ ਘਰ ਘਰ ਅਸੀਂ ਜਾਂਦੇ ਸੀ। ਤੁਹਾਡੇ ਨਾਲ ਸਾਡਾ ਇੱਕ ਪਰਿਵਾਰ ਵਾਲਾ ਸੰਬੰਧ ਹੈ, ਤੁਹਾਡੇ ਬਜ਼ੁਰਗਾਂ ਦਾ, ਮੇਰੇ ਬਜ਼ੁਰਗ ਨਾਲ, ਮੇਰੇ ਪਿਤਾ ਨਾਲ, ਮੈਨੂੰ ਲੱਗਦਾ ਇਹ ਜਿਹਾ ਰਿਸ਼ਤਾ ਸਕੇ ਭਰਾਵਾਂ ਨਾਲ ਵੀ ਜ਼ਿਆਦਾ ਤਕੜਾ ਰਿਸ਼ਤਾ। ਆਈ ਗੱਲ ਹੈ ਕਿ ਜਦੋਂ ਵੀ ਬਾਦਲ ਸਾਹਿਬ ਸਰਕਾਰ ਬਣਾਉਂਦੇ ਸੀ, ਉਹਨਾਂ ਦੀ ਸੋਚ ਸੀ ਪਹਿਲੇ ਦਿਨ ਤੋਂ ਕਿ ਮੈਂ ਕਿਵੇਂ ਪੰਜਾਬ ਨੂੰ, ਗਰੀਬ ਨੂੰ, ਕਿਸਾਨ ਨੂੰ ਅੱਗੇ ਲੈ ਕੇ ਜਾਣਾ। ਹੁਣ ਤੁਸੀਂ ਦੇਖੋ ਜਦੋਂ ਅਕਾਲੀ ਦਲ ਦੀ ਸਰਕਾਰ ਆਈ ਹੈ, ਅਕਾਲੀ ਦਲ ਦੀ ਸਰਕਾਰ ਇੱਕ ਇਹੋ ਜਿਹੀ ਸਰਕਾਰ ਬਣੀ, ਬਣਦੀ ਰਹੀ ਹੈ, ਜਦੋਂ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਮੁੱਖ ਮੰਤਰੀ ਬਾਦਲ ਸਾਹਿਬ ਸਰਕਾਰੀ ਤੌਰ ਤੇ ਮਨਾਉਂਦੇ ਸੀ, ਸਾਰੇ ਧਰਮਾਂ ਦੇ ਸ਼ੁਭ ਦਿਹਾੜਿਆਂ ਦੀ ਛੁੱਟੀ ਦਿੱਤੀ ਜਾਂਦੀ ਸੀ, ਸਾਰੇ ਧਰਮਾਂ ਦੇ ਪਵਿੱਤਰ ਸਥਾਨਾਂ ਨੂੰ ਬਾਦਲ ਸਾਹਿਬ ਨੇ ਆਪ ਕਰੋੜਾਂ ਰੁਪਏ ਲਾ ਕੇ ਸਜਾਇਆ। ਤੁਸੀਂ ਹਿੰਦੁਸਤਾਨ 'ਚ ਕਿਸੇ ਮਰਜ਼ੀ ਸੂਬੇ ਚਲੇ ਜਾਓ, ਕਿਸੇ ਵੀ ਇੱਕ ਸਰਕਾਰ ਨੇ ਕਿਸੇ ਧਰਮ ਸਥਾਨ 'ਤੇ ਕੋਈ ਪੈਸਾ ਨਹੀਂ ਲਾਇਆ, ਇਕੱਲੇ ਬਾਦਲ ਸਾਹਿਬ ਨੇ ਲਾਇਆ।
ਤੁਸੀਂ ਦੁਰਗਿਆਨਾ ਮੰਦਿਰ ਜਾ ਕੇ ਦੇਖੋ ਕਿਵੇਂ ਮੁੱਖ ਮੰਤਰੀ ਬਾਦਲ ਸਾਹਿਬ ਨੇ ਤਕਰੀਬਨ 200 ਕਰੋੜ ਰੁਪਇਆ ਲਾ ਕੇ ਉੱਥੇ ਖੂਬਸੂਰਤ ਬਣਾਇਆ ਜਾ ਰਿਹਾ। ਰਾਮ ਤੀਰਥ ਪਵਿੱਤਰ ਸਥਾਨ ਜਾ ਕੇ ਦੇਖੋ ਮੁੱਖ ਮੰਤਰੀ ਬਾਦਲ ਸਾਹਿਬ ਨੇ ਉੱਥੇ ਤਕਰੀਬਨ 350 ਕਰੋੜ ਰੁਪਇਆ ਲਾਇਆ। ਗੁਰੂ ਰਵਿਦਾਸ ਜੀ ਮਹਾਰਾਜ ਦੇ ਪਵਿੱਤਰ ਸਥਾਨ ਕਲਾਲਗੜ੍ਹ ਉਹਨੂੰ ਬਹੁਤ ਕਰੋੜਾਂ ਰੁਪਏ ਲਾ ਕੇ ਖੂਬਸੂਰਤ ਬਣਾਈ ਜਾ ਰਿਹਾ। ਤੁਸੀਂ ਦਰਬਾਰ ਸਾਹਿਬ ਜਾ ਕੇ ਦੇਖੋ, ਤੁਸੀਂ ਅਕਾਲੀ ਦਲ ਦੀ ਸਰਕਾਰ ਹੈ ਜਿਹਨੇ ਵਿਰਸਾ ਸੰਭਾਲਿਆ। ਇੱਥੇ ਕਈ ਲੋਕ ਕਹਿੰਦੇ ਸਿਆਸੀਆਂ ਕਾਨਫਰੰਸ ਨਹੀਂ ਹੋਣੀ ਚਾਹੀਦੀ। ਆਪਣੇ ਗੁਰੂ ਸਾਹਿਬਾਨ ਨੇ ਸਿਖਾਇਆ, ਮੀਰੀ ਪੀਰੀ ਦੀ ਗੱਲ ਕੀਤੀ, ਆਪਣੀ ਅਕਾਲੀ ਦਲ ਦੀ ਸਰਕਾਰ ਕਰਕੇ ਹੀ ਅੱਜ ਦੇਖੋ ਕਿਵੇਂ ਸ਼੍ਰੀ ਅੰਮ੍ਰਿਤਸਰ ਸਾਹਿਬ ਕਿੰਨੇ ਖੂਬਸੂਰਤ ਬਣ ਗਏ। ਜੇ ਤੁਹਾਡੇ ਕੋਲ ਰਾਜ ਹੈ ਤੁਸੀਂ ਸੇਵਾ ਕਰ ਸਕਦੇ ਹੋ। ਜੇ ਅਕਾਲੀ ਦਲ ਦੀ ਸਰਕਾਰ ਬਣੀ, ਬਾਦਲ ਸਾਹਿਬ ਮੁੱਖ ਮੰਤਰੀ ਬਣੇ ਤੇ ਅਨੰਦਪੁਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਵਿਰਾਸਤ ਏ ਖਾਲਸਾ ਬਣਾਇਆ ਜਿੱਥੇ ਸਾਰੀ ਆਪਣਾ ਵਿਰਸਾ ਸੰਭਾਲ ਕੇ ਰੱਖਿਆ। ਜੇ ਨਾ ਬਣਾਉਂਦੇ ਅਗਲੀਆਂ ਪੀੜ੍ਹੀਆਂ ਨੂੰ ਪਤਾ ਹੀ ਨਹੀਂ ਲੱਗਣਾ ਸੀ ਆਪਣਾ ਇਤਿਹਾਸ ਕੀ ਹੈ। ਅਕਾਲੀ ਦਲ ਦੀ ਸਰਕਾਰ ਹੈ ਜਿਹਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਈ, ਛੋਟੇ ਘੱਲੂਘਾਰਾ ਵੱਡੇ ਘੱਲੂਘਾਰਾ ਦੀ ਯਾਦਗਾਰ ਬਣਾਈ। ਮੈਨੂੰ ਲੱਗਦਾ ਇੱਥੇ ਬਹੁਤ ਬੈਠੇ ਹੋਣੇ ਨੌਜਵਾਨ, ਉਹਨਾਂ ਨੂੰ ਇਤਿਹਾਸ ਬਾਰੇ ਪਤਾ ਹੀ ਨਹੀਂ ਹੋਣਾ ਕਿ ਵੱਡਾ ਘੱਲੂਘਾਰਾ ਕੀ ਹੋਇਆ, ਜਿੱਥੇ 30,000 ਤੋਂ ਵੱਧ ਸਿੰਘ ਸਿੰਘੀਆਂ ਨੂੰ ਸ਼ਹੀਦ ਕੀਤਾ ਗਿਆ। ਉਸ ਪਵਿੱਤਰ ਜਗ੍ਹਾ ਨੂੰ ਹੁਣ ਅਸੀਂ ਉੱਥੇ ਮਿਊਜ਼ੀਅਮ ਬਣਾਇਆ, ਯਾਦਗਾਰ ਬਣਾਈ ਹੈ। ਅਸੀਂ ਤਾਂ ਇੱਡੀ ਛੋਟੀ, ਅਸੀਂ ਤੁਸੀਂ ਦੇਖ ਲਓ ਮੁੱਖ ਮੰਤਰੀ ਬਾਦਲ ਸਾਹਿਬ ਦੀ ਸੋਚ। ਮੈਨੂੰ ਯਾਦ ਹੈ ਇੱਕ ਵਾਰ ਮੁੱਖ ਮੰਤਰੀ ਬਾਦਲ ਸਾਹਿਬ ਪਿੰਡਾਂ ਸੰਗਤ ਦਰਸ਼ਨ ਕਰ ਰਹੇ ਸੀ, ਸ਼ਾਮ ਨੂੰ ਕੈਬਨਿਟ ਮੀਟਿੰਗ ਸੀ ਤੇ ਕੈਬਨਿਟ ਮੀਟਿੰਗ ਚ ਆਏ ਤੇ ਕਹਿਣ ਲੱਗੇ ਜੀ ਅੱਜ ਅਸੀਂ ਫੈਸਲਾ ਕਰਾਂਗੇ ਮੁੱਖ ਮੰਤਰੀ ਤੀਰਥ ਯਾਤਰਾ ਸ਼ੁਰੂ ਕਰਨੀ ਹੈ। ਉਹ ਕਹਿੰਦੇ ਬਾਦਲ ਸਾਹਿਬ ਕਿ ਮੈਂ ਅੱਜ ਪਿੰਡਾਂ ਚ ਗਿਆ, ਮੇਰੇ ਕੋਲ ਕਈ ਮਾਈਆਂ ਆਈਆਂ, ਕਹਿਣ ਲੱਗੇ ਬਾਦਲ ਸਾਹਿਬ ਤੁਸੀਂ ਸੜਕਾਂ ਬਣਾ ਦਿੱਤੀਆਂ, ਸਾਰਾ ਕੁਝ ਦੇ ਦਿੱਤਾ, ਸਾਡਾ ਇੱਕ ਕੰਮ ਹੋਰ ਕਰ ਦਿਓ। ਮਾਈਆਂ ਕਹਿੰਦੀਆਂ ਸਾਡਾ ਬੜੀ ਮਨ ਸੁਪਨਾ ਹੈ ਕਿ ਅਸੀਂ ਪਰਮਾਤਮਾ ਕੋਲੋਂ ਜਾਣ ਤੋਂ ਪਹਿਲੇ ਅਸੀਂ ਹਜ਼ੂਰ ਸਾਹਿਬ, ਸ੍ਰੀ ਹਜ਼ੂਰ ਸਾਹਿਬ ਦਰਸ਼ਨ ਕਰਕੇ ਆਉਣੇ। ਮੁੱਖ ਮੰਤਰੀ ਬਾਦਲ ਸਾਹਿਬ ਨੇ ਕਿਹਾ ਉਹਦੇ ਸ਼ਾਮ ਨੂੰ ਕਿ ਮੈਂ ਹੁਣੀ ਸਾਰੇ ਧਰਮਾਂ ਦੇ ਪਵਿੱਤਰ ਸਥਾਨ ਜਿੱਥੇ ਵੀ ਹਨ ਉੱਥੇ ਪੰਜਾਬ ਸਰਕਾਰ ਦੇ ਖਰਚੇ ਦੇ ਅਸੀਂ ਲੈ ਕੇ ਜਾਵਾਂਗੇ, ਸੰਗਤਾਂ ਨੂੰ ਲੈ ਕੇ ਜਾਵਾਂਗੇ ਆਪਣੇ ਆਪਣੇ ਪਵਿੱਤਰ ਸਥਾਨ ਤੇ, ਲੋਕ ਆਪਣੇ ਮਨ ਦੀ ਖੁਆਇਸ਼ ਪੂਰਾ ਕਰ ਸਕਣ, ਆਪਣੀ ਜ਼ਿੰਦਗੀ 'ਚ ਜੋ ਉਹਨਾਂ ਦੀ ਮਨਸ਼ਾ ਪੂਰੀ ਕਰ ਸਕਣ। ਇਹ ਜੀ ਤਾਂ ਸੋਚ ਬਾਦਲ ਸਾਹਿਬ ਦੀ। ਅੱਜ ਹੁਣ ਦੇਖੋ, ਹੁਣ ਆਪਾਂ ਰਾਜਾ ਟੱਕਰਿਆ, ਮੈਂ ਅੱਜ ਕਾਰ 'ਚ ਆ ਰਿਹਾ ਸੀ, ਮੈਨੂੰ ਇੱਕ ਬੰਦੇ ਨੇ ਬੜੀ ਵਧੀਆ ਗੱਲ ਸੁਣਾਈ। ਇੱਕ ਰਾਜੇ ਵਰਗਾ ਸੀ, ਉਹਦੀ ਬਹੁਤ ਵਧੀਆ ਮੱਝ ਸੀ 20-25 ਕਿਲੋ ਦੇਣ ਵਾਲੀ, ਉਹ ਕੋਈ ਚੋਰੀ ਕਰ ਗਿਆ ਤੇ ਇਹਨੂੰ ਬੜਾ ਪਰੇਸ਼ਾਨ ਸੀ ਕੈਪਟਨ ਸਾਹਿਬ, ਤੇ ਆਪਣੇ ਮੁੰਡੇ ਨੂੰ ਕਹਿੰਦਾ ਆਪਾਂ ਐਂ ਕਰੀਏ ਆਪਾਂ ਪਿੰਡ ਪਿੰਡ ਜਾਈਏ ਲੱਭ ਕੇ ਆਈਏ ਮੱਝ ਨੂੰ ਵਾਪਸ ਲੈ ਕੇ ਆਈਏ, ਕਿਉਂਕਿ 25 ਕਿਲੋ ਦੁੱਧ ਦਿੰਦੀ ਸੀ। ਉਹ ਮੁੰਡਾ ਨਾਲ ਟਿੱਕੂ ਵਰਗਾ ਨਾਲ ਚੱਲ ਗਿਆ ਉਹਦੇ, ਤੇ ਪਹਿਲਾ ਪਿੰਡ ਟੱਪਿਆ,
ਗੁਰਦੁਆਰਾ ਸਾਹਿਬ ਆਏ ਤੇ ਉਹ ਬੰਦੇ ਨੇ ਗੁਰੂ ਘਰ ਸਾਹਮਣੇ ਸੌਂਹ ਖਾ ਲਈ। ਕਹਿੰਦੇ ਗੁਰੂ ਮਹਾਰਾਜ ਜੇ ਮੇਰੀ ਮੱਝ ਦਵਾ ਦਿਓ, ਮੈਂ ਪੂਰੀ ਜ਼ਿੰਦਗੀ ਮੱਝ ਦੇ ਇੱਕ ਥਣ ਦਾ ਦੁੱਧ ਮੈਂ ਤੁਹਾਡੇ ਇੱਥੇ ਰੋਜ਼ ਚੜਾਵਾ ਦੇ ਕੇ ਆ ਕਰੂੰ। ਜੋ ਅਗਲੇ ਪਿੰਡ ਗਿਆ, ਜਦੋਂ ਅਗਲੇ ਪਿੰਡ ਗਿਆ ਉੱਥੇ ਮੰਦਿਰ ਦੇ ਸਾਹਮਣੇ ਟੱਪਿਆ, ਉੱਥੇ ਉਹਨੇ ਫਿਰ ਤੋਂ ਸੌਂਹ ਖਾ ਲਈ। ਕਹਿੰਦੇ ਪਰਮਾਤਮਾ ਜੇ ਮੇਰੀ ਮੱਝ ਦਵਾ ਦੇ ਤੇ ਦੂਜੇ ਥਾਂ ਦਾ ਦੁੱਧ ਮੈਂ ਤੁਹਾਨੂੰ ਪੂਰੀ ਜ਼ਿੰਦਗੀ ਤੁਹਾਡੇ ਇੱਥੇ ਚੜਾਵਾ ਦਿਆ ਕਰੂੰ। ਤੋ ਤੀਜੇ ਪਿੰਡ ਚਲਾ ਗਿਆ, ਉੱਥੇ ਮੱਝ ਸੀ। ਉਹ ਮੁੰਡਾ ਕਹਿੰਦਾ ਬਾਪੂ ਇੱਥੇ ਨਾ ਖਾ ਲਈ ਸੌਂਹ। ਕਹਿੰਦੇ ਦੋ ਤਾਂ ਥਣ ਗਏ। ਉਹ ਕਹਿੰਦਾ ਕੋਈ ਗੱਲ ਨੀ ਚੁੱਪ ਕਰ, ਉੱਥੇ ਸੌਂਹ ਫਿਰ ਤੋਂ ਖਾ ਲਈ। ਕਹਿੰਦੇ ਮੇਰੀ ਮੱਝ ਦਵਾ ਦਿਓ ਪਰਮਾਤਮਾ ਤੇ ਮੈਂ ਤੀਜੀ ਥਣ ਦਾ ਦੁੱਧ ਇੱਥੇ ਚੜਾਇਆ ਕਰੂੰ। ਮੁੰਡਾ ਬੜਾ ਰੋਕੇ ਪਰ ਕੋਈ ਗੱਲ ਨੀ, ਬਾਪੂ ਚੌਥੇ ਪਿੰਡ ਪਹੁੰਚ ਗਿਆ। ਉੱਥੇ ਗਿਰਜਾ ਸੀ, ਗਿਰਜਾ ਘਰ ਸੀ, ਚਰਚ ਸੀ। ਮੁੰਡਾ ਖੜਾ ਦੇਖੀ ਜੇ ਬਾਪੂ ਉੱਥੇ ਵੀ ਸੌਂਹ ਖਾ ਗਿਆ। ਉਹ ਕਹਿੰਦਾ ਬਾਪੂ ਹੁਣ ਤਾਂ ਕੱਲੀ ਪੂਛ ਬਚੀ ਆਪਣੇ ਕੋਲੇ, ਹੁਣ ਤਾਂ ਕਰੀਏ ਚੱਲੇ ਘਰੇ ਵਾਪਸ ਚੱਲੀਏ। ਬਾਪੂ ਕਹਿਣ ਲੱਗਿਆ ਕਹਿੰਦਾ ਕਿਤੇ ਕਿਹੜਾ ਮੱਝ ਦੇ ਸਿੰਘਾਂ ਨੂੰ ਹੱਥ ਪੈ ਜੇ, ਆਪਾਂ ਕਿਹੜਾ ਦਵਾ ਲਾਂ ਕਿਸੇ ਨੂੰ। ਆਹ ਤਾਂ ਕੀਤੀ ਕੈਪਟਨ ਨੇ, ਕੀ ਗਿਆ ਘਰ ਜਾ ਕੇ ਫਾਰਮ ਭਰਾਏ ਥੋਤੋਂ। ਕਿਆ ਤੁਹਾਨੂੰ ਫਾਰਮ ਤੇ ਕੀ ਲਿਖਿਆ ਸੀ? ਕਾਂਗਰਸੀ ਘਰ ਘਰ ਗਏ, ਦੱਸੋ ਕਿੰਨਾ ਕਰਜ਼ਾ। ਕੋਈ ਕਹਿੰਦਾ 7 ਲੱਖ, ਕੋਈ ਕਹਿੰਦਾ 8 ਲੱਖ, ਕੋਈ ਕਹਿੰਦਾ 9 ਲੱਖ, ਕੋਈ ਕਹਿੰਦਾ 15 ਲੱਖ। ਕਹਿੰਦਾ ਲਿਖ ਲਿਆ ਨਾਂ ਕੀ ਹੈ ਤੁਹਾਡਾ, ਬਜ਼ੁਰਗ ਦਾ ਨਾਂ ਕੀ ਹੈ, ਲਿਖ ਲਿਆ ਕਰਜ਼ਾ ਲਿਖ ਲਿਆ। ਫਿਰ ਥੱਲੇ ਫਾਰਮ ਤੇ ਲਿਖਿਆ ਸੀ ਮੈਂ ਕੈਪਟਨ ਅਮਰਿੰਦਰ ਸਿੰਘ ਸੌਂਹ ਖਾ ਕੇ ਕਹਿੰਦਾ ਕਿ ਜਿੰਨਾ ਕਰਜ਼ਾ ਤੁਸੀਂ ਭਰਿਆ ਮੈਂ ਆਉਣ ਸਾਰ ਪਹਿਲੇ ਦਿਨ ਸਾਰਾ ਮਾਫ ਕਰ ਦੂੰਗਾ। ਲੋਕੀ ਕਹਿੰਦੇ ਵਾਹ, 15 ਲੱਖ ਤਾਂ ਬਚ ਗਏ। ਫਿਰ ਘਰੇ ਗਏ, ਮੁੰਡਾ ਮੁੰਡਿਆਂ ਨੂੰ ਪੁੱਛਣ ਲੱਗੇ ਤੇਰੇ ਕਿੰਨੇ ਮੁੰਡੇ ਆ? ਕਹਿੰਦੇ 2 ਮੁੰਡੇ ਆ। ਕਹਿੰਦੇ ਇੱਕ ਨੂੰ ਮੈਂ ਮਿਲਾ ਦੂੰਗਾ, ਨਾਂ ਦੱਸੋ ਕਿੰਨਾ ਪੜਿਆ, ਕੀ ਲੱਗਣਾ ਚਾਹੁੰਦਾ, DSP ਲੱਗਣਾ ਚਾਹੁੰਦਾ, ਇੰਸਪੈਕਟਰ ਲੱਗਣਾ ਚਾਹੁੰਦਾ? ਲੋਕਾਂ ਨੂੰ ਭਰਾਉਣ ਲੱਗ ਗਏ। ਤੇ ਉਹ ਭਰਾ ਭਰਾ ਕੇ ਫਾਰਮ ਭਰਾਈ ਗਏ ਬਜ਼ੁਰਗਾਂ ਨੂੰ। ਕਾਂਗਰਸੀ ਆ ਕੇ ਕਹਿੰਦੇ 2500 ਕਰ ਦਾਂਗੇ ਪੈਨਸ਼ਨ। ਆ ਤਾਂ ਉਹੀ ਮੱਝ ਵਾਲੀ ਗੱਲ, ਉਹਦੀ ਗੱਲ ਕੈਪਟਨ ਵਾਲੀ ਗੱਲ ਹੋਈ। ਕਿੰਨਿਆਂ ਨੂੰ ਕਰਜ਼ੇ ਮਾਫ਼ ਹੋ ਗਏ ਜੀ? ਤੁਸੀਂ ਹੈਰਾਨ ਹੈ, ਮੈਂ ਹੈਰਾਨ ਹੈ। ਆ ਜਾਖੜ ਦੇ ਬਿਆਨ ਦੇ ਤੇ ਕੈਪਟਨ ਦੇ ਬਿਆਨ ਦੇ, ਕਹਿੰਦੇ ਅਸੀਂ ਏਡਾ ਵੱਡਾ ਕੰਮ ਕੀਤਾ ਹੈ ਕੈਪਟਨ ਸਾਹਿਬ। 20 ਲੱਖ ਪਰਿਵਾਰ ਹੈ ਕਿਸਾਨੀ ਖੇਤੀ ਕਰਦੇ, 20 ਲੱਖ ਤੇ 46,000 ਦਾ ਮਾਫ਼ ਕੀਤਾ ਹੈ। ਉਹ ਵੀ ਕਿੰਨਾ ਤੁਸੀਂ ਸਾਰਾ ਜੋੜ ਲਓ, 35,000 ਐਵਰੇਜ ਬਣਦਾ, 35,000। ਉਹ ਵੀ ਪੈਸਾ ਤੁਹਾਡੇ ਖਜ਼ਾਨੇ ਚੋਂ ਨਹੀਂ ਆਪਣੇ ਕੋਲ ਦਿੱਤਾ। ਉਹਨੇ ਕੀ ਕੀਤਾ ਕੈਪਟਨ ਨੇ, ਜਿਹੜਾ ਆਪਾਂ ਕਣਕ ਤੇ ਝੋਨਾ ਵੇਚਦੇ ਹਾਂ ਉਹਦੇ 1% ਟੈਕਸ ਲਾਤਾ, ਤੁਹਾਡੇ ਫਸਲ ਤੇ ਟੈਕਸ ਲਾਇਆ, ਉਹ ਤੋਂ 800 ਕਰੋੜ ਰੁਪਇਆ ਆਇਆ। ਉਹ 800 ਕਰੋੜ ਤੋਂ ਤੁਹਾਨੂੰ ਅੱਜ 46 ਕਰੋੜ ਹੁਣ ਗੋੜਿਆ। ਤੇ ਟੋਟਲ ਇਹਨਾਂ ਨੇ
ਜਿਹੜੇ ਹੁਣ ਕਿਹਾ ਕਿ 1,86,000 ਕਿਸਾਨਾਂ ਦਾ ਮੋੜਾਂਗੇ, ਉਹ ਵੀ 35,000 ਦਾ, 30-35,000 ਦਾ ਐਵਰੇਜ ਪਊਗਾ। ਉਹ ਕਿੰਨੇ ਬਣਦੇ ਆ? 5% ਕਿਸਾਨ ਤੋਂ ਘੱਟ, 5%। ਤੇ ਜਿਹੜਾ ਕੈਪਟਨ ਨੇ ਕਿਹਾ ਸੀ ਮੈਂ ਖੇਤ ਮਜ਼ਦੂਰਾਂ ਦੀ ਕਰਜ਼ਾ ਮਾਫ ਕਰੂੰਗਾ, ਬਚਾਰੇ ਖੇਤ ਮਜ਼ਦੂਰਾਂ ਦਾ ਤਰਫ ਦੇਖਿਆ ਹੀ ਨਹੀਂ। ਆਹ ਤਾਂ ਹਾਲਾਤ ਹੈ। ਤੇ ਹੁਣ ਕਿਆ ਜਾਖੜ ਕਹਿੰਦਾ ਇਹਦੋਂ ਵੱਡਾ ਕੰਮ ਕੀ ਕਰੀਏ ਅਸੀਂ? ਜਾਖੜ ਸਾਹਿਬ ਸਿੱਖੋ ਬਾਦਲ ਸਾਹਿਬ ਤੋਂ। ਬਾਦਲ ਸਾਹਿਬ ਨੇ ਜੋ ਜਵਾਨ ਕੀਤੀ ਅਸੀਂ ਪੂਰੀ ਕੀਤੀ। ਤੁਸੀਂ ਤਾਂ 1,70,00,000 ਹੀ ਮੋੜਿਆ ਨਾ। ਮੁੱਖ ਮੰਤਰੀ ਬਾਦਲ ਸਾਹਿਬ ਨੇ ਤੁਹਾਡੇ ਕਿਸਾਨ ਭਰਾਵਾਂ ਨਾਲ ਵਾਅਦਾ ਕੀਤਾ ਤੁਹਾਡੇ ਬੰਬੀਆਂ ਦੇ ਬਿੱਲ ਟਿਊਬਲਾਂ ਦੇ ਮਾਫ ਰੱਖਾਂਗਾ, ਤੇ ਹਰ ਸਾਲ 6,000 ਕਰੋੜ ਰੁਪਇਆ ਮਾਫ ਕਰਦਾ ਜੀ ਤੁਹਾਡਾ, 6,000। ਜੇ ਤੁਹਾਡਾ ਆ ਬਿੱਲ ਨਾ ਮਾਫ ਕਰਦੇ ਹੁੰਦੇ ਬਾਦਲ ਸਾਹਿਬ, ਤਾਂ ਤੁਹਾਡੇ ਹਰ ਕਿਸਾਨ ਨੂੰ 80,000 ਤੋਂ ਲੈ ਕੇ 1,00,000 ਰੁਪਇਆ ਸਾਲ ਦਾ ਤੁਸੀਂ ਦੇਣਾ ਪੈਣਾ ਸੀ ਸਾਰਿਆਂ ਨੂੰ। ਕੱਲਿਆ ਨਹੀਂ, ਪਹਿਲੇ ਜੇ ਤੁਹਾਡੇ ਨੁਕਸਾਨ ਹੋ ਜਾਂਦਾ ਸੀ ਫਸਲ ਦਾ, ਆ ਕਾਂਗਰਸੀ ਕੱਲਾ ਮਸਾ ਵਿਆਹ ਦਾ 2,000 ਰੁਪਏ ਦਿੰਦੇ ਸੀ, ਬਾਦਲ ਸਾਹਿਬ ਨੇ 8,000 ਰੁਪਏ ਕਿੱਲਾ ਕਰ ਦਿੱਤਾ ਸੀ। ਆ ਜਿਹੜੇ ਬਾਰਡਰ ਦੇ ਕਿਸਾਨ ਹੈ, ਖੇਤ ਪਰਲੇ ਪਾਸੇ ਖੇਤਾਂ ਤੋਂ ਬਾਰਡਰ ਫੈਂਸਾ ਧਾਰ ਤੋਂ ਪਰਲੇ ਪਾਸੇ, ਬਾਦਲ ਸਾਹਿਬ 10-10,000 ਰੁਪਇਆ ਦਿੰਦੇ ਸੀ ਉਹਨਾਂ ਨੂੰ, ਇਹਨਾਂ ਨੇ ਬੰਦ ਕਰਾਇਆ ਪਿਆ। ਆ ਤੁਹਾਡੇ ਪਿੰਡਾਂ 'ਚ ਖਾਲੇ ਬਣਾਏ ਬਾਦਲ ਸਾਹਿਬ ਨੇ, ਅੰਡਰਗਰਾਊਂਡ ਪਾਈਪਾਂ ਬਣਾਈਆਂ, ਕੱਸੀਆਂ ਕੱਢੀਆਂ। ਆ ਮੁਕਤਸਰ ਵਾਲਿਓ, ਆਪਾਂ ਤਾਂ ਇੱਥੇ ਬਹਿ ਨਹੀਂ ਸਕਣਾ ਸੀ ਜੇ ਬਾਦਲ ਸਾਹਿਬ ਦੀ ਤੁਹਾਡੀ ਸਰਕਾਰ ਪੰਜਾਬ 'ਚ ਨਾ ਆਉਂਦੀ, ਇੱਥੇ ਮਰਗਾਬੀਆਂ ਫਿਰਦੀਆਂ ਹੋਣੀਆਂ ਸੀ, ਇੰਨੀ ਸੇਮ ਸੀ। ਯਾਦ ਕਰੋ ਉਹ ਦਿਨ, ਮੈਂ ਵੀ ਮੈਨੂੰ ਯਾਦ ਹੈ ਉਸ, ਅਸੀਂ ਇੱਕ ਦਿਨ ਮਲੋਟ ਤੋਂ ਟੱਪ ਰਹੇ ਸੀ, ਐਂ ਪਾਣੀ ਵਗਦਾ ਸੀ ਜਿਵੇਂ ਕੋਈ ਨਹਿਰ ਵਗਦੀ ਹੁੰਦੀ ਹੈ। ਆ ਮੁਕਤਸਰ ਦੇ ਪਰਲੇ ਪਿੰਡਾਂ 'ਚ ਮਰਗਾਬੀਆਂ ਹੁੰਦੀਆਂ ਸੀ, ਅਤੇ ਅੱਜ ਦੇਖੋ ਕਿਵੇਂ ਝੋਨਾ ਕਣਕ ਕਿਵੇਂ ਖੁਸ਼ਕ ਆਮ ਬੈਠੇ ਆਪਾਂ ਆਰਾਮ। ਜੇ ਕਿਸਾਨੀ ਦੀ ਬਾਂਹ ਫੜੀ ਤਾਂ ਬਾਦਲ ਸਾਹਿਬ ਨੇ ਬਾਂਹ ਫੜੀ, ਜੇ ਗਰੀਬ ਦੀ ਬਾਂਹ ਫੜੀ ਬਾਦਲ ਸਾਹਿਬ ਨੇ ਬਾਂਹ ਫੜੀ, ਜੇ ਗਰੀਬ ਨੂੰ ਆਟਾ ਦਾ ਵਾਅਦਾ ਕੀਤਾ ਭਾਵੇਂ ਸਾਡਾ 2,000 ਕਰੋੜ ਰੁਪਇਆ ਲੱਗਦਾ ਸੀ, ਅਸੀਂ ਪ੍ਰਵਾਹ ਨਹੀਂ ਕੀਤੀ, ਸਾਰਿਆਂ ਨੂੰ ਅਸੀਂ ਦਿੱਤੀ, 50,00,000 ਪਰਿਵਾਰਾਂ ਨੂੰ ਅਸੀਂ ਆਟਾ ਦਾਲ ਦਿੰਦੇ ਸੀ, ਤੇ ਹੁਣ ਸਾਰਾ ਬੰਦ। ਆ ਜਿੰਨੀਆਂ ਵੀ ਸਹੂਲਤਾਂ ਲੈ ਲਓ, ਭਾਵੇਂ ਸ਼ਗਨ ਹੈ ਕੁਛ ਵੀ ਹੈ, ਆ ਸਾਰੀਆਂ ਹੀ ਬਾਦਲ ਸਾਹਿਬ ਨੇ ਦਿੱਤੀਆਂ। ਇੱਕ ਵੀ ਨਿਸ਼ਾਨੀ ਤੁਹਾਨੂੰ ਕਾਂਗਰਸ ਦੀ ਨਹੀਂ ਆ ਸਕਦੀ। ਤੇ ਹੁਣ ਕੀ ਕੀਤਾ? ਮੈਂ ਹੁਣ 10 ਮਹੀਨੇ ਹੋ ਗਿਆ ਸਰਕਾਰ ਬਣੇ, 10 ਮਹੀਨਿਆਂ 'ਚ ਸ਼ਗਨ ਕੀ ਕੀਤਾ ਉਹਨਾਂ ਨੇ? ਸ਼ਗਨ ਨੂੰ ਬੰਦ ਕਹੋ, ਬੰਦ ਸ਼ਗਨ, ਪੈਨਸ਼ਨ, ਥਰਮਲ, ਸੀਵਰੇਜ ਦਾ ਕੰਮ, ਜਿਹੜੇ ਪਿੰਡਾਂ 'ਚ ਗਰਾਂਟਾਂ ਆਈਆਂ ਸੀ, ਵਰਲਡ ਕੱਪ ਕਬੱਡੀ, ਖੇਡਾਂ ਦਾ ਸਮਾਨ, ਸਾਈਕਲ ਲੜਕਿਆਂ ਨੂੰ ਸਾਈਕਲ ਬੰਦ, SC ਸਕੂਲਰਸ਼ਿਪ, 800 ਸਕੂਲ ਵੀ ਬੰਦ ਕਰ ਦਿੱਤੇ, ਸੇਵਾ ਕੇਂਦਰ ਵੀ ਬੰਦ, ਹੁਣ ਆਟਾ ਦਾਲ ਵੀ ਬੰਦ, ਤੀਰਥ ਯਾਤਰਾ ਮੁੱਖ ਮੰਤਰੀ ਤੀਰਥ ਯਾਤਰਾ ਬੰਦ। ਮੈਨੂੰ ਲੱਗਦਾ ਮੈਂ ਲਿਸਟ ਬਣਾ ਰਿਹਾ ਸੀ ਅੱਜ, ਮੈਂ ਦੇਖ ਰਿਹਾ ਸੀ ਕੀਤਾ ਕੀ ਹੈ, ਮੈਂ ਕਿਹਾ ਕੀਤਾ ਤਾਂ ਲੱਭਦਾ ਨਹੀਂ ਕੁਛ, ਮੈਂ ਕਿਹਾ ਬੰਦ ਦੇਖ ਲਈਏ ਕਿੰਨੀਆਂ ਚੀਜ਼ਾਂ ਕੀਤੀਆਂ, ਮੈਂ ਕਹਿੰਦਾ ਬੰਦ ਹੀ ਬੰਦ 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 ਬੰਦ
ਕਿਹੜੀ ਪਾਣੀ ਵਾਲੀ ਬੱਸ ਵੀ ਬੰਦ। ਅੱਛਾ ਇੱਕ ਗੱਲ ਦੱਸੋ, ਅਸੀਂ ਅਸੀਂ ਜੋ ਕਿਹਾ ਤੁਹਾਨੂੰ, ਜੋ ਕਿਹਾ ਤੁਹਾਨੂੰ ਉਹ ਪੂਰਾ ਕੀਤਾ ਕਿ ਨਹੀਂ? ਮੈਂ ਕਿਹਾ ਸੀ ਕਿ ਸੜਕਾਂ ਇਹ ਜਿਹੀਆਂ ਬਣਾ ਦੂੰਗਾ ਭਾਵੇਂ ਬੰਬ ਸਿੱਟ ਦਿਓ ਤੇ ਉਹ ਸੜਕ ਜਾ ਕੇ ਦੇਖੋ ਬਠਿੰਡਾ ਚੰਡੀਗੜ੍ਹ ਵਾਲੀ ਦੇਖੀ। ਜੇ ਅਸੀਂ ਕਿਹਾ ਸੀ, ਜੇ ਅਸੀਂ ਕਿਹਾ ਸੀ ਤੁਹਾਨੂੰ 24 ਘੰਟੇ ਬਿਜਲੀ ਦੇਵਾਂਗੇ ਤੇ ਬਣਾਤੀ ਥਰਮਲ ਪਲਾਂਟ ਤੇ ਵਧੀਆ ਕਰਤੀ 24 ਘੰਟੇ ਬਿਜਲੀ। ਜੇ ਅਸੀਂ ਕਿਹਾ ਸੀ ਗਰੀਬਾਂ ਨੂੰ, ਜੇ ਅਸੀਂ ਕਿਹਾ ਸੀ, ਜੇ ਅਸੀਂ ਕਿਹਾ ਸੀ ਕਿ ਗਰੀਬ ਭਰਾਵਾਂ ਨੂੰ, ਪਰਿਵਾਰਾਂ ਨੂੰ ਅਸੀਂ 200 ਯੂਨਿਟ ਬਿਜਲੀ ਦੇ ਮਾਫ਼ ਕਰਾਂਗੇ ਕੀਤੇ, ਜੇ ਅਸੀਂ ਕਿਹਾ ਸੀ ਤੁਹਾਡੀ ਮੈਡੀਕਲ ਇੰਸ਼ੋਰੈਂਸ, ਤੁਹਾਡੀ ਸਿਹਤ ਦਾ ਬੀਮਾ ਤੁਸੀਂ ਗਰੀਬ ਦਾ, ਕਿਸਾਨ ਦਾ, ਵਪਾਰੀ ਦਾ ਅਸੀਂ ਕਰਾਵਾਂਗੇ 1 ਲੱਖ ਤੱਕ ਕਿਤੇ ਮਰਜ਼ੀ ਇਲਾਜ ਕਰੋ, ਅਸੀਂ ਕੀਤਾ ਤੇ ਇਹਨਾਂ ਨੇ ਕਰਤਾ ਬੰਦ। ਅਸੀਂ ਬੈਕਵਰਡ ਕਲਾਸ ਭਰਾਵਾਂ ਦੇ 200 ਯੂਨਿਟ ਬਿਜਲੀ ਦੇ ਮਾਫ ਕੀਤੇ ਤੇ ਇਸ ਖੰਕਾਰੀ ਰਾਜ ਨੇ ਕਰਤੇ ਬੰਦ। ਸਾਰੀ ਗਰਾਂਟਾਂ ਗਰੁੰਟਾਂ ਸਾਰੀਆਂ ਬੰਦ ਤੇ ਆਪਾਂ ਵੀ ਇਹਨਾਂ ਨੂੰ ਕੋਈ ਗੱਲ ਨੀ ਕੈਪਟਨ ਸਾਹਿਬ 1 ਸਾਲ ਟੱਪ ਗਿਆ ਤੇ ਮਨਪ੍ਰੀਤ ਤੇ ਕੈਪਟਨ ਨੂੰ ਕਰ ਦਾਂਗੇ ਡੱਬੇ ਚ। ਮੈਂ ਹੈਰਾਨ ਹੈ, ਮੈਂ ਜੋ ਰੋਜ਼ ਅਖਬਾਰ ਪੜ੍ਹਦਾ, ਮੈਂ ਰੋਜ਼ ਅਖਬਾਰ ਪੜ੍ਹਦਾ ਤੇ ਬਹਾਨਾ ਕੀ ਲਾਉਂਦੇ ਹੈ ਕਿ ਖਜ਼ਾਨਾ ਖਾਲੀ ਹੈ। ਉਹੀ ਗੱਲ ਹੈ ਜਿਵੇਂ ਕੋਈ ਨਵੇਂ ਟਰੈਕਟਰ ਤੇ ਕੋਈ ਨਾੜੀ ਬਿਠਾ ਦਿਓ ਡਰਾਈਵਰ ਤੇ ਜਾ ਕੇ ਕੰਧ 'ਚ ਮਰੂ। ਜੇ ਪੁਰਾਣੇ 50 ਸਾਲ ਪੁਰਾਣਾ ਫਿੱਟ ਟਰੈਕਟਰ ਵੀ ਪਹਿਲਾਂ ਦਾ, ਉਹ ਜਿਹੜੀ ਦੂਜੀ ਢੀਂਡਸਾ ਟਰਾਂਸਪੋਰਟ ਕਿਹੜੀ ਹੁੰਦੀ ਸੀ, ਉਹ ਜੇ ਤੇ ਮੈਨੂੰ ਬਿਠਾ ਦਿਓ ਮੈਂ ਕਿਹਾ ਭਜਾਈ ਫਿਰੂੰਗਾ ਘੜੁੱਕੇ ਦੇ ਵੀ। ਉਹ ਕੰਮ ਕਰਨਾ ਆਉਣਾ ਚਾਹੀਦਾ। ਮਨਪ੍ਰੀਤ ਨੇ ਜ਼ਿੰਦਗੀ 'ਚ ਕੋਈ ਕੰਮ ਕੀਤਾ ਯਾਰ? ਇੱਕ ਮੈਂ ਦੱਸਾਂ, ਮੈਂ ਕਹਿਣਾ ਮੈਨੂੰ ਲੱਗਦਾ ਨਾ ਅਸਲੀ ਮੁਗਲਾਂ ਦੀ ਰੂਹ ਨਾ ਮਨਪ੍ਰੀਤ 'ਚ ਆ ਗਈ ਆ। ਮੈਂ ਤੁਸੀਂ ਇੱਕ ਗੱਲ ਦੱਸੋ, ਕਿਤੇ ਮਨਪ੍ਰੀਤ ਪੰਜਾਬੀ ਬੋਲਦਾ ਦੇਖਿਆ ਸੁਣਿਆ? ਉਹ ਇਕੱਲਾ ਉਰਦੂ ਹੈ, ਗਾਲੇ ਤੋਂ ਘੱਟ ਥੱਲੇ ਉਤਰਦਾ ਹੀ ਨਹੀਂ ਹੈ। ਅੱਛਾ ਗ੍ਰਾਂਟ ਵੀ ਹੁਣ ਇਹਨੇ ਪੰਜਾਬੀ ਭਾਸ਼ਾ ਨੂੰ ਨਹੀਂ ਦਿੱਤੀ ਗ੍ਰਾਂਟ, ਉਰਦੂ ਨੂੰ ਦਿੱਤੀ ਹੈ। ਮੈਂ ਤੁਹਾਨੂੰ ਦੱਸਦਾ, ਆਹ ਗਿੱਦੜਵਾਲ ਦਾ ਜਾਣਦੇ ਆ ਮਸਾ ਕੱਢਿਆ ਆ ਦੇ। ਜਿਵੇਂ ਮੈਂ ਤੁਹਾਨੂੰ ਅੱਜ ਦੱਸਦਾ ਜਿੰਨਾ ਜ਼ੁਲਮ ਮਨਪ੍ਰੀਤ ਨੇ ਗਿੱਦੜਵੇ ਹਲਕਿਆਂ ਦੇ ਲੋਕਾਂ ਤੇ ਕੀਤਾ ਸੀ, ਜਿਵੇਂ ਮੁਗਲ ਕਰਦੇ ਆ ਉਵੇਂ ਕਰਦੇ ਆ ਤੇ ਅੱਜ ਬਠਿੰਡੇ ਵਾਲੇ ਭੁਗਤੀ ਜਾਂਦੇ ਆ। ਕਿਹੜਾ ਟੈਕਸ ਹੈ ਸੁਣਿਆ ਨੀ ਯਾਰ? ਹਲੇ ਵੀ ਨੀ ਸੁਣਿਆ ਯਾਰ? ਕਿਹੜਾ ਟੈਕਸ? ਪਹਿਲੇ ਟੈਕਸ ਕਿੱਥੇ ਲੱਗਦਾ ਸੀ ਹੈਂ? ਗਿੱਦੜਵੇ ਤੁਸੀਂ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਕਾਂਗਰਸੀਆਂ ਨੇ ਚਾਦਰਾਂ ਵਿਛਾਈ ਪਈਆਂ, ਆਹ ਜਿਹੜਾ ਤੁਹਾਡਾ ਪੱਟੀ ਇੱਥੋਂ ਦਾ ਬਲੋਟ ਵਾਲਾ, ਉਹ ਮੈਂ ਮੇਰੇ ਕੋਲੇ ਨਾ ਆਪਣੇ ਲੀਡਰ ਆਏ, ਮੇਰੇ ਕੋਲੇ ਮਲੋਟ ਵਾਲੇ ਆਏ, ਮੈਂ ਕਿਹਾ ਯਾਰ
ਤੁਸੀਂ ਕੰਮ ਕੁੰਮ ਕੋਈ ਕਰਾਉਣ ਆਉਂਦੇ ਨਹੀਂ, ਅੱਜ ਕੱਲ ਕੀ ਹੈ? ਮੇਰੀ ਗੱਲ ਸੁਣੋ, ਮੇਰੇ ਕੋਲੇ ਮਲੋਟ ਵਾਲੇ ਆਏ, ਕਹਿੰਦੇ ਯਾਰ ਮੈਂ ਕਿਹਾ ਤੁਸੀਂ ਕੰਮ ਕੁੰਮ ਬਦਲੀਆਂ ਕੋਈ ਟੀਚਰ ਦੀ ਜਾਂ ਕੋਈ ਹੋਰ ਕੰਮ ਕਰਾਉਣ, ਮੇਰੇ ਕੋਲੇ ਆਉਂਦੇ ਨਹੀਂ। ਕਹਿੰਦੇ ਯਾਰ ਲੋੜ ਹੀ ਨਹੀਂ ਪਈ। ਮੈਂ ਕੀ ਕਹਿੰਦਾ ਭੱਟੀ ਸਾਹਿਬ ਹੈਗੇ। ਮੈਂ ਕਿਹਾ ਕਿਉਂ ਕਾਂਗਰਸੀਆਂ ਕੋਲ ਜਾਣ ਲੱਗੇ? ਉਹ ਨਹੀਂ 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 ਮੈਨੂੰ ਕਹਿੰਦੇ, ਕਹਿੰਦਾ ਉਹ ਆਲ ਪਾਰਟੀ ਮੈਨ ਹੈ, ਉਹ ਤਾਂ 100 ਰੁਪਏ 'ਚ ਕੋਈ ਮਰਜ਼ੀ ਕੰਮ ਬੁਲਾ ਦਿਓ, ਫਲੋ ਪੜਾ ਦਿਓ, ਕਿਸੇ ਕੰਮ ਹੋ ਜਾਣਾ। ਉਹ ਕਹਿੰਦਾ ਇਹ ਤੋਂ ਸਸਤਾ ਮੈਂ ਕਹਿੰਦਾ ਤੁਹਾਡੇ ਆਉਂਦੇ ਆਉਂਦੇ ਤੇਲ ਲੱਗ ਜੂ ਉਹਨੇ ਦਾ ਜਿੰਨਾ ਭੱਟੀ ਨੂੰ ਦੇ ਬੁਲਾ ਕੇ ਕੰਮ ਕਰਾ ਲਈਏ। ਉਹ ਕਹਿੰਦਾ ਜੋ ਆਏ ਰਾਜੀ ਜਾਏ, ਇੰਨਾ ਖੁੱਲ੍ਹਾ ਕੰਮ ਹੈ। ਮੈਂ ਲੱਗਦਾ ਕੋਈ ਅੱਜ ਕੱਲ੍ਹ ਦੇਖੋ ਹਨੇਰੀ ਲਿਆਈ ਬੈਠੇ ਆ, ਇੱਥੇ ਸ਼ਰਾਬ ਰੇਤਾ ਪਤਾ ਨਹੀਂ ਕੀ ਕੀ ਲੁੱਟਣ 'ਤੇ ਲੱਗੇ ਆ। ਅਸਲੀ ਗੱਲ ਕੀ ਸੀ ਮੈਂ ਤੈਨੂੰ ਸਹੀ ਦੱਸਾਂ, ਆਪਣੇ ਨਾਲ ਠੱਗੀ ਹੋ ਗਈ, ਠੱਗੀ ਹੋ ਗਈ ਆਪਣੇ ਨਾਲ। ਇੱਕ ਮਿੰਟ ਉਹ ਯਾਰ ਇੱਕ ਮਿੰਟ, ਆਪਣੇ ਨਾਲ ਠੱਗੀ ਹੋਈ। ਅੱਜ ਦੋ ਠੱਗ ਇਕੱਠੇ ਰਲ ਗਏ ਕਾਂਗਰਸੀ ਦਾ ਟੋਪੀ ਵਾਲੇ, ਉਹ ਇੰਨਾ ਝੂਠ ਬੋਲਿਆ, ਇੰਨਾ ਝੂਠ ਬੋਲਿਆ 2 ਸਾਲ, ਲੋਕੀ ਸੱਚ ਹੀ ਸਮਝ ਗਏ। ਮੈਂ ਟੋਪੀ ਵਾਲਿਆਂ ਨੂੰ ਪੁੱਛਣਾ ਚਾਹੁੰਦਾ, ਹੁਣ ਉਹ ਨਸ਼ਾ ਕਿੱਧਰ ਗਿਆ? ਤੁਸੀਂ ਕਹਿੰਦੇ 70% ਕਾਂਗਰਸੀ ਕਹਿੰਦੇ ਨਸ਼ਾ ਹੈ, ਕਿਹੜੇ ਹਸਪਤਾਲ 'ਚ ਨੌਜਵਾਨ ਪਏ ਆ? ਮੈਂ ਤਾਂ ਪ੍ਰੈਸ ਵਾਲਿਆਂ ਨੂੰ ਵੀ ਕਹਿੰਦਾ, ਪ੍ਰੈਸ ਵਾਲੇ 2 ਸਾਲ ਸਾਡੇ 3 ਸਾਲ ਰੋਜ਼ ਨਸ਼ਾ ਨਸ਼ਾ ਨਸ਼ਾ, ਅਤੇ ਹੁਣ ਕੋਈ ਬੋਲਦਾ ਹੀ ਨਹੀਂ। ਹੁਣ ਦੱਸ, ਮੈਂ ਕਹਿੰਦਾ ਆਪਾਂ ਝੂਠ ਦੇ ਸ਼ਿਕਾਰ ਹੋ ਗਏ, ਝੂਠ ਦੇ ਸ਼ਿਕਾਰ ਆਪਾਂ ਸਾਰੇ ਠੱਗੇ ਗਏ, ਪਰ ਕੋਈ ਗੱਲ ਨਹੀਂ। ਮੈਂ ਮਲੂਕਾ ਸਾਹਿਬ ਮੇਰੇ ਨਾਲ ਬੈਠੇ ਸੀ, ਮੈਂ ਕਿਹਾ ਦੇਖੋ ਕਰੰਟ ਦੇਖੋ ਬੰਦਿਆਂ ਦਾ, ਹਜੇ ਤਾਂ 10 ਮਹੀਨੇ ਹੀ ਹੋਏ ਆ, ਮੈਨੂੰ ਲੱਗਦਾ ਜੇ 3ਜੇ ਸਾਲ 4ਵੇਂ ਸਾਲ ਤਾਂ ਮੁਕਤਸਰ ਇਕੱਲਾ ਆਪਾਂ ਨੂੰ ਰੈਲੀ ਪੂਰੀ ਮੁਕਤਸਰ ਆਪਣਾ ਹੀ ਬੁੱਕ ਕਰਨਾ ਪੈਣਾ, ਕਿਉਂਕਿ ਹੁਣ ਦਾ ਬਸ ਤਾਂ ਹੋਣਾ ਨਹੀਂ, ਸਾਰੇ ਆਪਣੇ ਕੋਲ ਹੀ ਆਉਣਗੇ। ਔਰ ਮੁਕਤਸਰ ਵਾਲਿਓ 7-8 ਮਹੀਨੇ ਲੈ ਗਏ ਪਾਰਲੀਮੈਂਟ ਦੇ, ਆਹ ਬਠਿੰਡੇ ਵਾਲੇ ਆ ਮੁਕਤਸਰ ਵਾਲੇ ਆ, 13-13 ਲੈਣੀਆਂ, 13-13 ਅਹੰਕਾਰੀ ਰਾਜੇ ਦਾ ਹੰਕਾਰ ਤੋੜਨਾ, ਇਹਨੂੰ ਦੱਸ ਦੇਣਾ ਕਿ ਜੋ ਖਾਲਸਾ ਪੰਥ ਤੇ ਪੰਜਾਬੀਆਂ ਨਾਲ ਪੰਗਾ ਲਊਗਾ ਝੂਠ ਬੋਲੂਗਾ, ਆ ਬਹਾਦਰ ਪੰਜਾਬੀ ਬਦਲਾ ਲੈਣਗੇ ਵੋਟ ਨਾਲ, ਵੋਟ ਨਾਲ ਬਾਕੇ 13 ਦੀਆਂ 13 ਸੀਟਾਂ ਜਿੱਤ ਕੇ ਮੈਂ ਤੁਹਾਨੂੰ ਜਿਤਾ ਦਿਓ। ਉਹਦੇ ਬਾਅਦ ਤੂੰ ਦੇਖਿਓ ਨਾ ਕੋਈ ਇੱਥੇ ਕੋਈ ਅਫਸਰ ਤੰਗ ਕਰੂਗਾ, ਨਾ ਕੁਛ ਵੀ ਕਰੂਗਾ, ਤੁਹਾਡਾ ਹੀ ਰਾਜ ਚੱਲ ਪੈਣਾ, 1-8 ਮਹੀਨੇ ਦੀ ਗੱਲ। ਤੇ ਅੱਜ ਦੀ ਪਵਿੱਤਰ ਸਥਾਨ ਤੇ ਆਪਾਂ ਆਏ ਹਾਂ, ਆਪਾਂ ਨੂੰ ਖਾਸ ਕਰਕੇ ਨਵੀਂ ਪੀੜ੍ਹੀ ਨੂੰ ਮੈਂ ਬੇਨਤੀ ਕਰਦਾ, ਆਪਾਂ ਗੁਰੂ ਸਾਹਿਬਾਨ ਦੇ ਦੱਸੇ ਹੋਏ ਰਸਤੇ ਤੇ ਚੱਲੋ। ਸਿੱਖੀ ਪੂਰਾ ਸਰੂਪ, ਸਿੱਖੀ ਸਰੂਪ ਪੂਰਾ ਕਾਇਮ ਰੱਖੋ, ਤੇ ਖਾਸ ਕਰਕੇ ਜਿਹੜੇ ਆਪਣੇ ਜਿਹੜੇ ਅਸੀਂ ਵਿਰਾਸਤ ਏ ਖਾਲਸਾ ਜੇ ਹੈ ਜੀ ਪਵਿੱਤਰ ਸਥਾਨ ਬਣਾਇਆ, ਉੱਥੇ ਜਾ ਕੇ ਜ਼ਰੂਰ ਜਾ ਕੇ ਦੇਖੋ ਕਿ ਆਪਣਾ ਇਤਿਹਾਸ ਕੀ ਹੈ, ਕਿਵੇਂ ਕੁਰਬਾਨੀ ਵਾਲਾ ਇਤਿਹਾਸ। ਜਿਹੜੀ ਕੌਮ ਆਪਣੇ ਇਤਿਹਾਸ ਨੂੰ ਯਾਦ ਰੱਖਦੀ, ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀ, ਆਪਣੀ ਕੁਰਬਾਨੀਆਂ ਨੂੰ ਯਾਦ ਰੱਖਦੀ ਹੈ, ਉਹੀ ਚੜ੍ਹਦਾ ਕਲਾ ਚੜ੍ਹਦੀ ਕਲਾ ਜਾਂਦੀ ਹੈ। ਤੇ ਅਖੀਰ 'ਚ ਮੈਂ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੱਕੋ ਹੀ ਗੱਲ ਕਹਾਂਗੇ, ਸਿਆਸਤ ਵਾਸਤੇ ਬਹੁਤ ਥਾਵਾਂ ਨੇ, ਪਰ ਧਾਰਮਿਕ ਸਥਲਾਂ ਦੇ ਉੱਤੇ ਸਿਆਸੀ ਰੋਟੀਆਂ ਸੇਕਣੀਆਂ ਕੋਈ ਚੰਗੀ ਗੱਲ ਨਹੀਂ। ਇਸ ਲਈ ਸਿਆਸਤਦਾਨਾਂ ਨੂੰ ਚਾਹੀਦਾ ਹੈ ਕਿ ਸਿਆਸਤ ਨੂੰ ਧਰਮ ਤੋਂ ਦੂਰ ਰੱਖਿਆ ਜਾਵੇ, ਅਤੇ ਅਗਰ ਸਿਆਸਤ ਕੀਤੀ ਵੀ ਜਾਵੇ ਤਾਂ ਧਰਮ ਦੇ ਅਧੀਨ ਕੀਤੀ ਜਾਵੇ, ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਯਾਦ ਰੱਖਦਿਆਂ ਕੀਤੀ ਜਾਵੇ।
If you like the news, please like and share the news. Subscribe the channel. Sikh Dharam di har gatividhi ate gurbani vaste hune subscribe karo gurbani akhand bani ate notifications vaste bell no ring karo.